ਕਾਂਗਰਸ ਦੇ ਕੈਂਡੀਡੇਟ ਨੇ ਜਿਹੜੇ ਨੇ ਇਸ ਵਕਤ ਰੋਡ ਮਾਰਚ ਕਰ ਰਹੇ ਨੇ, ਪਿੰਡ ਪਿੰਡ ਪਹੁੰਚ ਰਹੇ ਨੇ, ਇਸ ਵਕਤ ਅਸੀਂ ਜਨ ਸਭਾ ਵਿੱਚ ਮੌਜੂਦ ਹਾਂ। ਸਭ ਤੋਂ ਪਹਿਲੇ ਇੱਥੇ ਲੋਕਾਂ ਨਾਲ ਮਿਲ ਰਹੇ ਨੇ, ਤਸਵੀਰ ਤੁਸੀਂ ਵੇਖ ਸਕਦੇ ਹੋ ਇੱਥੇ, ਨਾਲ ਉਹਨਾਂ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਰਹੇ ਨੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਹਿਬ, ਉਹ ਮੌਜੂਦ ਨੇ। ਢਿੱਲੋਂ ਸਾਹਿਬ, ਪਿੱਛੋਂ ਤੁਰਦੇ ਆਏ ਹੋ, ਲੱਗ ਰਿਹਾ ਬੜਾ ਵੱਡਾ ਕਾਫਲਾ ਲੈ ਕੇ ਆ ਰਹੇ ਹੋ। ਦੇਖੋ, ਇਹ ਸੰਗਤ ਦਾ, ਕਾਂਗਰਸ ਵਰਕਰਾਂ ਦਾ, ਫਰੀਦਕੋਟ ਇਲਾਕੇ ਦੇ ਮੇਰੇ ਸਤਿਕਾਰਯੋਗ ਵੋਟਰਾਂ ਦਾ ਬਹੁਤ ਬਹੁਤ ਸਾਥ ਹੈ ਅਤੇ ਉਹਨਾਂ ਦੀ ਕਿਰਪਾ ਹੈ, ਉਹਨਾਂ ਦੀ ਮਿਹਰਬਾਨੀ ਹੈ। ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਉਹਨਾਂ ਦਾ ਮੈਂ ਧੰਨਵਾਦ ਕਰ ਸਕਾਂ। ਜਿੰਨਾ ਅੱਜ ਪਹਿਲੇ ਦਿਨ ਸ਼ੁਰੂ ਕੀਤਾ, ਜਿੰਨਾ ਮਾਣ ਪਿਆਰ ਸਤਿਕਾਰ ਫਰੀਦਕੋਟ ਦੀ ਸੰਗਤ ਦੇ ਰਹੀ ਹੈ, ਮੈਂ ਸਮਝਦਾ ਕਿ ਜਿੰਨਾ ਮਰਜ਼ੀ ਮੈਂ ਧੰਨਵਾਦ ਕਰ ਲਾਂ ਉਨਾ ਥੋੜ੍ਹਾ। ਸੋ ਸਭ ਤੋਂ ਜ਼ਰੂਰੀ ਗੱਲ ਹੈ, ਉਹ ਕਾਂਗਰਸ ਕੈਂਡੀਡੇਟ ਜਿਹੜੀ ਫਰੀਦਕੋਟ ਦੀ ਧੀ ਹੈ, ਉਹਨੂੰ ਇਹ ਪਿਆਰ ਦੇ ਰਿਹਾ, ਉਹਦੇ ਸਿਰ 'ਤੇ ਹੱਥ ਰੱਖ ਰਿਹਾ ਅਤੇ ਨਾਲੇ ਉਹਨਾਂ ਨੂੰ ਅਹਿਸਾਸ ਹੈ ਕਿ ਇਹਨੇ ਹੀ ਇਹਨਾਂ ਦੇ ਕੰਮ ਕਰਨੇ, ਇਹਨੇ ਦੁੱਖ ਸੁੱਖ ਵਿੱਚ ਵਿਚਰਨਾ, ਕਿਉਂਕਿ ਦੂਜੇ ਕੈਂਡੀਡੇਟਾਂ ਦਾ ਤਾਂ ਇਹ ਵੀ ਨਹੀਂ ਪਤਾ ਕਿ ਉਹ ਰਹਿੰਦੇ ਕਿੱਥੇ ਹੈ, ਉਹ ਕਿੱਥੋਂ ਦੇ ਰਹਿਣ ਵਾਲੇ ਹੈ, ਕੱਲ੍ਹ ਨੂੰ ਕਿਸੇ ਨੂੰ ਕੰਮ ਪੈ ਜਾਵੇ ਤਾਂ ਕੌਣ ਕਿੱਥੋਂ ਕਿਹਨੂੰ ਲੱਭੂਗਾ। ਸੋ ਬੀਬੀ ਉਹਨਾਂ ਦੀ ਧੀ ਹੈ, ਫਰੀਦਕੋਟ ਇਲਾਕੇ ਦੀ, ਮੋਗੇ ਦੀ ਨੂੰਹ ਹੈ, ਹਮੇਸ਼ਾ ਹਾਜ਼ਰ ਹੈ। ਰਿਸਪੋਂਸ ਕਿਹੋ ਜਿਹਾ ਮਿਲ ਰਿਹਾ ਹੈ ਜੀ? ਰਿਸਪੋਂਸ ਕਿਹੋ ਜਿਹਾ? ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ। ਬੀਬੀ ਜੀ ਸਾਡੇ ਨਾਲ ਮੌਜੂਦ ਨੇ, ਕਿਸ ਤਰੀਕੇ ਦਾ ਲੱਗਿਆ ਜੀ ਇਸ ਵਕਤ? ਬਹੁਤ ਉਤਸ਼ਾਹ ਹੈ ਨੌਜਵਾਨਾਂ 'ਚ ਜਿਹੜਾ ਮੈਂ ਦੇਖ ਰਹੀ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਆਪਣੀ ਇਸ ਬੇਟੀ ਨੂੰ ਉਹ ਪੂਰੀ ਲੀਡ ਨਾਲ ਜਿਤਾ ਕੇ ਲੋਕ ਸਭਾ 'ਚ ਭੇਜਣਗੇ। ਪਿੰਡ ਪਿੰਡ ਪਹੁੰਚੋ ਜੀ, ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ਦਾ ਕੀ ਹਾਲ ਹੈ? ਵੱਡੇ ਕਾਫਲੇ ਖੜੇ ਆ, ਸਵਾਗਤ ਕਰ ਰਹੇ ਆ। ਮੈਨੂੰ ਬਹੁਤ ਖੁਸ਼ੀ ਹੋਈ ਹੈ, ਮੈਂ ਉਹਨਾਂ ਦਾ ਦੇਣ ਲੋਕ ਸਭਾ 'ਚ ਜਾ ਕੇ ਜਿਹੜੇ ਉਹਨਾਂ ਦੇ ਕੰਮ ਹੈ ਉਹਨਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਾਊਂਗੀ, ਔਰ ਉਹਨਾਂ ਦਾ ਜਿਹੜਾ ਦਿੱਤਾ ਪਿਆਰ ਉਹਦਾ ਮੁੱਲ ਜ਼ਰੂਰ ਮੋੜੂੰਗੀ। ਕੀ ਸੋਚਿਆ ਸਭ ਤੋਂ ਪਹਿਲਾਂ ਕੰਮ ਕਿਹੜਾ ਕਰਨਾ? ਬਹੁਤ ਕੰਮ ਕਰਨ ਵਾਲੇ ਆ, ਕੰਮ ਤਾਂ ਮੈਂ ਕਰੀ ਜਾਣੇ ਆ। ਜਦੋਂ ਮੈਨੂੰ ਸੇਵਾ ਦਾ ਮੌਕਾ ਮਿਲੂ, ਸਾਰੇ ਕੰਮ ਜਿੰਨੇ ਵੀ ਇਹਨਾਂ ਦੇ ਲਾਂਭੇ ਸਾਰੇ ਲਾਊਂਗੀ। ਕੀ ਕਹਿੰਦੇ ਆ ਹੁਣ ਜਦੋਂ ਤੁਸੀਂ ਵਰਕਰਾਂ ਨਾਲ ਮਿਲਦੇ ਹੋ, ਅੱਜ ਦਾ ਟਾਈਮ ਜਿਵੇਂ ਹੰਡਾ ਰਹੇ ਨੇ ਲੋਕ, ਕੀ ਕਹਿੰਦੇ ਆ? ਉਹ ਕਹਿੰਦੇ ਵੀ ਸਾਡੀ ਬੇਟੀ ਆ, ਅਸੀਂ ਇਹਨੂੰ ਪੂਰੀ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ, ਔਰ ਜਿਹੜਾ ਮਾਣ ਸਤਿਕਾਰ ਉਹ ਮੈਨੂੰ ਦੇ ਰਹੇ ਆ, ਮੈਂ ਉਹਨਾਂ ਦਾ ਇਹ ਬਰਕਰਾਰ ਰੱਖੂੰਗੀ। ਬਹੁਤ ਸਾਰੇ ਲੋਕ ਤੁਹਾਨੂੰ ਸੁਣ ਵੀ ਰਹੇ ਹੋਣੇ, ਇਸ ਵਕਤ ਦੇਖ ਵੀ ਰਹੇ ਹੋਣੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਕਿ ਆਪਾਂ ਕਾਂਗਰਸ ਸਰਕਾਰ ਲੈ ਕੇ ਆਈਏ, ਇਹ ਮੇਰੀ ਇਕੱਲੀ ਦੀ ਲੜਾਈ ਨਹੀਂ, ਇਹ ਮੇਰੇ ਨਾਲ ਸਾਰੇ ਭੈਣ ਭਰਾ ਜਦੋਂ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤਾਂ ਅਸੀਂ ਇਹ ਲੜਾਈ ਜਿੱਤ ਲਾਂਗੇ। ਅਸੀਂ ਕੇਂਦਰ ਸਰਕਾਰ, ਕੇਂਦਰ ਵਿੱਚ ਜਾ ਕੇ ਕਾਂਗਰਸ ਦੀ ਸਰਕਾਰ ਬਣਾਵਾਂਗੇ, ਜਿੰਨੇ ਵੀ ਸਾਡੇ ਮਸਲੇ ਆ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਪਹਿਲੇ ਲੋਕ ਕਹਿੰਦੇ ਸੀਗੇ ਕਿ ਕਾਂਗਰਸ ਬਾਹਰੀ ਕੈਂਡੀਡੇਟ ਦਿੰਦੀ ਹੈ, ਪਰ ਇਸ ਵਕਤ ਤਾਂ ਧੀ ਵੀ ਮਿਲ ਗਈ ਅਤੇ ਨੂੰਹ ਵੀ ਮਿਲ ਗਈ। ਹਾਂ, ਇਸੇ ਇਹ ਲੋਕਾਂ ਦੀ ਆਵਾਜ਼ ਸੀਗੀ ਲੋਕ ਸਭਾ ਹਲਕਾ ਫਰੀਦਕੋਟ ਦੀ, ਕਿ ਸਾਨੂੰ ਸਾਡੇ ਲੋਕ ਸਾਨੂੰ ਲੋਕਲ ਕੈਂਡੀਡੇਟ ਦਿੱਤਾ ਜਾਵੇ। ਮੈਨੂੰ ਸਾਰੀਆਂ ਮੁਸ਼ਕਲਾਂ ਦਾ ਇਹਨਾਂ ਦੀਆਂ ਦਾ ਪਤਾ, ਕਿਉਂਕਿ ਮੇਰਾ ਪਰਿਵਾਰ ਇਹ। ਸੋ ਮੈਂ ਇਹ ਲੋਕ ਜਿਹੜਾ ਅੱਜ ਉਤਸ਼ਾਹ ਪਿਆਰ ਦਿਖਾ ਰਹੇ ਆ, ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ, ਔਰ ਮੇਰੇ ਨਾਲ 1 ਜੂਨ ਨੂੰ ਇਸੇ ਤਰ੍ਹਾਂ ਹੀ ਖੜਨਗੇ, ਮੈਨੂੰ ਪਿਆਰ ਦੇਣਗੇ ਅਤੇ ਇਹਨਾਂ ਦੇ ਵਿਸ਼ਵਾਸ 'ਤੇ ਮੈਂ ਖਰੀ ਉਤਰੂੰਗੀ। ਇਸ ਵਕਤ ਸਾਡੇ ਨਾਲ ਅਮਰਜੀਤ ਕੌਰ ਜੀ ਮੌਜੂਦ ਸੀਗੇ, ਜੋ ਕਿ ਗੁਰਦੁਆਰਾ ਜਨਮ ਸਾਹਿਬ ਵਿੱਚ ਨਤਮਸਤਕ ਹੋਣਗੇ ਅਤੇ ਕਾਫੀ ਵੱਡਾ ਕਾਫਲਾ ਜਿਹੜਾ ਹੈਗਾ ਇਹਨਾਂ ਦੇ ਨਾਲ ਚੱਲਦਾ ਆ। ਅੱਜ ਦਾ 1 ਮਾਰਚ ਇਹਨਾਂ ਦਾ ਪਿੰਡਾਂ ਦਾ ਰੱਖਿਆ ਗਿਆ ਅਤੇ ਪਿੰਡ ਪਿੰਡ ਹੁੰਦੇ ਹੋਏ ਜਿਹੜਾ ਹੈਗਾ ਫਰੀਦਕੋਟ ਦੇ ਨੇੜਲੇ ਪਿੰਡਾਂ ਵਿੱਚ ਜਾ ਕੇ ਸਮਾਪਤੀ ਹੋਵੇਗੀ। ਤਾਂ ਜੰਡ ਸਾਹਿਬ ਵਿੱਚ ਇਸ ਵਕਤ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਇਹਨਾਂ ਉੱਤੇ, ਅਤੇ ਇਹਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਇੱਥੇ ਹੋਣ ਦੇ ਲਈ ਪਹੁੰਚੇ ਹੋਏ ਨੇ। ਜੰਡ ਸਾਹਿਬ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।